ਬੈਰੀ ਨੂੰ ਉਦਮ ਸਿੰਘ ਫੇਰੇ ਲੱਭਦਾ ਗੱਭਰੂ ਸੀ ਗੁੱਸੇ ਵਿੱਚ ਦੰਦ ਚੱਬਦਾ ਕਹਿੰਦਾ ਭੱਜਿਆ ਨੀ ਜਾਣ ਦਿੰਦਾ ਅੱਜ ਡਹਿਰ ਨੂੰ ਅੱਗ ਲਾ ਕੇ ਫੂਕ ਦੂ ਲੰਡਨ ਸ਼ਹਿਰ ਨੂੰ ਅੱਗ ਲਾ ਕੇ ਫੂਕ ਦੂ ਲੰਡਨ ਸ਼ਹਿਰ ਨੂੰ ਵਾਹ ਦੱਸ ਦ Big, big. But who did the music by the way? It's our Shinda. Oh, it's Shinda the music. Shinda the music. Wow, wow. And you nakla koka, agla ke fuk dolan de shenung, and Is that in the extreme one? The which status? Extreme one. The which? Yeah, Bolia. Bolia. Bolia was good. Yeah, I enjoyed the Bolia as well. Track as well. But you obviously, hon, you're back. So you know, hopefully, jo tragedies, jalo jo Parmatma ne marzi ho, ho ke rehna. But I think for you, tuhade waste kafi break, jada sega. Je lambi break. Lambi jada. Na, sometimes banda karda nahi. ਹੁੰਦੀ ਹੁੰਦੀ ਹੋ ਜਾਂਦੀ ਹੈ ਹਾਂਜੀ ਹਾਂਜੀ ਇਸ ਲੰਬੀ ਬ੍ਰੇਕ ਦੇ ਵਿੱਚ ਕੁਝ ਅੜਿਆ ਤੇ ਨਹੀਂ ਕੋਈ ਹੋਰ ਤੇ ਨਹੀਂ ਜਿੱਦ ਖੰਡੇ ਨੂੰ 9 ਸਾਲ ਨਿਕਲਦੇ ਨੂੰ ਲੱਗੇ ਹੋਰ ਸਾਨੂੰ ਦੱਸ ਦਿਓ ਕੁਝ ਨਿਕਲਣਾ ਤਾਂ ਨਹੀਂ 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 ਹੁਣ ਆਪਾਂ ਬ੍ਰੇਕ ਨਹੀਂ ਲੱਗਣ ਦਿੱਤੀ ਨਾ ਲੱਗਣ ਦੇਣੀ ਆ ਤੋਂ ਜੋ ਵੀ ਹੋ ਗਿਆ ਠੀਕ ਹੈ ਪਿੱਛੇ ਜੀ ਜੀ ਪਰ ਹੁਣ ਜਿਹੜਾ ਆਪਣੀ ਨੈਕਸਟ ਐਲਬਮ ਆ ਰਹੀ ਹੈ ਫੈਬਰੀ ਦੇ ਵਿੱਚ ਜੀ ਮੇ ਬੀ ਐਂਡ ਆਫ ਫੈਬਰੀ ਆਲਰਾਈਟ ਸੋ ਰਿਕਾਰਡਿੰਗ ਆਲ ਫਿਨਿਸ਼ ਵੈਰੀ ਗੁੱਡ ਦੈਨ ਆਈ ਥਿੰਕ ਆਮ ਗੋਇੰਗ ਟੂ ਇੰਡੀਆ ਨੈਕਸਟ ਮੰਥ ਡੂ ਦ ਵੀਡੀਓ ਫੋਰ ਦੈਟ ਵਨ ਅੱਛਾ ਤੇ ਅਦਰ ਥਿੰਗਸ ਮੈਂ ਪਹਿਲੀ ਵੀਡੀਓ ਬਣਾਈ ਆ ਮੈਂ ਉਮੀਦ ਕਰਦਾ ਕਿ ਸਰੋਤਿਆਂ ਨੂੰ ਜ਼ਰੂਰ ਪਸੰਦ ਆਊਗੀ ਖੰਡੇ ਦੀ ਹੋਵੇ ਯੂਕੇ ਜਾਂ ਕੈਨੇਡਾ ਕਰਦੇ ਨੇ ਸਿੱਧਾ ਜੋ ਵੀ ਟੇਢਾ ਜੋ ਵੀ ਮੰਗਦੇ ਹੱਥ ਜੋੜ ਕੇ ਰੱਬ ਤੋਂ ਮੰਗਦੇ ਨੇ ਸਿੰਘਾਂ ਦੀ ਪਹਿਚਾਣ ਗੱਡੀ ਵਿੱਚ ਖੰਡਾ ਟੰਗਦੇ ਨੇ ਆਪਣੀ ਲਾਈਫ ਦੇ ਵਿੱਚ ਮੈਂ 8-9 ਕੈਸਟਾਂ ਕੱਢੀਆਂ ਪਹਿਲੀ ਵੀਡੀਓ ਬਣਾਈ ਆ ਇਹ ਵੀ ਮਾਨਕ ਸਾਹਿਬ ਨੇ ਹਲੇ ਤਿਕਰ ਆਸ ਪਾਸ ਖੜੇ ਹੋ ਜਾਂਦੇ ਨਾਲ ਪਰ ਐਕਚੁਅਲੀ ਪ੍ਰੋਪਰ ਜਿੱਦਾਂ ਵੀਡੀਓ ਆਪਾਂ ਕਹੀਏ ਉਹਨਾਂ ਨੇ ਕਦੇ ਨਹੀਂ ਵੀਡੀਓ ਪਹਿਲਾਂ ਤੋਂ ਪਹਿਲਾਂ ਕਦੇ ਤੁਸੀਂ ਦੇਖਿਆ ਹੋਗਾ ਪਹਿਲੀ ਵੀਡੀਓ ਮੇਰੀ ਆਉਣੀ ਆ ਸ਼ਾਇਦ ਤੁਹਾਡੇ ਪਸੰਦ ਔਰ ਕਿੱਦਾਂ ਲੱਗਿਆ ਤੁਹਾਨੂੰ ਵੀਡੀਓ ਦਾ ਐਕਸਪੀਰੀਅੰਸ ਕਿੱਦਾਂ ਲੱਗਾ ਮੈਂ ਕਹਿੰਦਾ ਇਸ ਵੈਰੀ ਵੈਰੀ ਹਾਰਡ ਵਰਕ ਫੋਰ 36 ਘੰਟੇ ਅਸੀਂ ਲਗਾਤਾਰ ਨਾ ਸੁੱਤੇ ਨਾ ਕੁਛ ਖਾਧਾ ਨਾ ਵਾਤਾ ਪਰ ਪਰ ਵਧੀਆ ਮੇਰਾ ਐਕਸਪੀਰੀਅੰਸ ਤੁਹਾਨੂੰ ਹੋਰ ਨੌਲੇਜ ਮਿਲਦੀ ਗਾਹਾਂ ਯੂ ਕੈਨ ਮੀਟ ਮੋਰ ਪੀਪਲ ਡਿਫਰੈਂਟ ਪੀਪਲ ਬਟ ਇਟ ਵਾਸ ਨਾਲੇ ਹੁਣ ਦੌਰ ਵੀ ਆ ਗਿਆ ਹਾਂਜੀ ਵੀਡੀਓ ਦਾ ਦੌਰ ਆ ਗਿਆ ਕਿ ਵੀਡੀਓ ਅੱਜ ਕੱਲ ਤੁਹਾਡੀ ਕੈਸਟ ਵੀ ਚੱਲਦੀ ਹੈ ਜਾਂ ਤੁਹਾਡੀ ਪਹਿਚਾਣ ਵੀ ਹੁੰਦੀ ਹੈ ਵੀਡੀਓ ਤੋਂ ਹੁੰਦੀ ਪਹਿਲਾਂ ਸੀਗਾ ਆਪਾਂ ਰੇਡੀਓ ਸਟੇਸ਼ਨ ਤੇ ਸਾਰਾ ਕੁਛ ਜਾਣਾ ਇੰਟਰਵਿਊ ਕਰਨੀ ਤਾਂ ਕੈਸਟਾਂ ਅੱਜ ਕੱਲ੍ਹ ਕੈਸਟਾਂ ਵੀ ਕੋਈ ਲੈਂਦਾ ਨਹੀਂ ਹਨਾ ਸਾਰਾ ਇੰਟਰਨੈਟ ਤੇ ਤੁਹਾਨੂੰ ਸਰੋਤੇ ਪਹੁੰਚ ਕਰਦੇ ਉੱਥੋਂ ਦੇਖਦੇ ਹਾਂ ਵੀ ਫਲਾਨਾ ਬੰਦਾ ਹੈ ਕੌਣ ਹੈ ਮਾਨ ਸਿੰਘ ਰਾਜੀ ਇਹਨਾਂ ਤੁਹਾਡੀ ਹੋਰ ਸਾਰੇ ਪਾਸੇ ਪਹਿਚਾਣ ਬਣ ਜਾਂਦੀ ਔਰ ਫਰਵਰੀ ਦੇ ਵਿੱਚ ਜਿਹੜੀ ਤੁਸੀਂ ਐਲਬਮ ਕਹਿੰਦੇ ਉਹਦੇ ਵਿੱਚ ਦੱਸੋ ਕਿ ਉਹਦੇ ਵਿੱਚ ਕਿਹੋ ਜਿਹਾ ਫਲੇਵਰ ਹੋਊਗਾ ਐਲਬਮ ਦਾ ਨਾਂ ਰੱਖਿਆ ਹਲੇ ਜਾਂ ਐਲਬਮ ਦਾ ਹਲੇ ਨਾਂ ਨਹੀਂ ਡਿਸਾਈਡ ਕੀਤਾ ਅੱਛਾ ਤੇ ਇਹ ਸਾਡੇ ਕੈਮਰਾ ਨਾਲ ਆਪਣੇ ਛੋਟਾ ਜੀ 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 ਤਾਂ ਰਾਈਟ ਮੂਵੀ ਬਾਕਸ ਤੇ ਉਹ ਵੀ ਰਿਲੀਜ਼ ਹੋਊਗੀ ਜੀ ਤਾਂ ਉਹ ਜੋ ਵੀ ਉਹ ਕਹਿਣਗੇ ਛੱਡ ਦਿੱਤਾ ਇਸ ਕਰਕੇ ਨਹੀਂ ਤੇ ਹੁਣ ਆਪਾਂ ਸ਼ੁਰੂ ਹੋ ਗਏ ਹੁਣ ਆਪਾਂ ਹਟਣਾ ਨੀ ਬਸ ਸਰੋਤਿਆਂ ਦਾ ਪਿਆਰ ਓਬਵੀਅਸਲੀ ਸਫਰੀ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ ਉਹ ਵੀ ਕਹਿੰਦੇ ਸੀ ਇਹ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿ ਸਫਰੀ ਸਾਹਿਬ ਦੱਸੋਗੇ ਓਬਵੀਅਸਲੀ ਇੰਨਾ ਬ੍ਰੇਕ ਕਰਨ ਤੋਂ ਬਾਅਦ ਜਦੋਂ ਵਾਪਸ ਇੱਕ ਆਰਟਿਸਟ ਆਉਂਦਾ ਨਾਲੇ ਇੱਕ ਹਿੱਟ ਆਰਟਿਸਟ ਤੁਹਾਡੇ ਵਰਗੇ ਸਫਰੀ ਸਾਹਿਬ ਹੋਣਾ ਵਰਗੇ ਤੇ ਮੈਂ ਕਿਹਾ ਦੱਸੋ ਕਿੱਦਾਂ ਫੀਲ ਹੁੰਦਾ ਤੇ ਥੋੜੇ ਉਹਨਾਂ ਨੇ ਸਾਹ ਲੈ ਕੇ ਕਿਹਾ ਵੀ ਇਟਸ ਕੁਆਇਟ ਹਾਰਡ ਮੈਨੂੰ ਪਤਾ ਵੀ ਕਿੰਨਾ ਹਾਰਡ ਹੋਇਆ ਮੇਰੇ ਲਈ ਸੋ ਇਟਸ ਨਾਟ ਈਜ਼ੀ ਬਾਕੀ ਹੁਣ ਸਰੋਤਿਆਂ ਨੇ ਸੁਣ ਕੇ ਪਸੰਦ ਕੀਤਾ ਜੇ ਚੱਕ ਲਿਆ ਤੇ ਚੱਕ ਲਿਆ ਨਹੀਂ ਤਾਂ ਆਪਾਂ ਚੱਕ ਲਿਆ ਔਰ ਭਾਜੀ ਹੈ ਵੀ ਹਲਕੇ ਜਾਈ ਜਿੱਥੇ ਮਰਜ਼ੀ ਲੈ ਜਾਓ ਚੱਕ ਕੇ ਆਪਾਂ
ਜਿਦਾਂ ਕਹਿੰਦੇ ਕਿ ਜਿਹੜੇ ਤਖੜੇ ਤਖੜੇ ਜਿਹੜੇ ਗਾਇਕੀ ਉਹਨਾਂ ਦੇ ਵੈਸੇ ਕੱਦ ਘੱਟ ਹੀ ਹੁੰਦੇ, ਚਮਕੀਲਾ ਸਾਹਿਬ ਵੀ ਬੜੇ ਛੋਟੇ ਕੱਦ ਦੇ, ਮਾਣਕ ਸਾਹਿਬ ਵੀ ਛੋਟੇ ਕੱਦ ਦੇ, ਤੁਹਾਡਾ ਵੀ ਸਿੰਗਰ ਐਕਸ ਜਿੰਨੇ ਕਿ ਮੈਨੂੰ ਜਾਣਦੇ ਛੋਟੇ ਕੱਦ ਦੇ, ਮੱਖਣ ਭਾਜੀ ਆ ਉਹ ਲੱਗਦਾ, ਉਹ ਲੱਗਦਾ ਜਿੱਦਾਂ WWE ਦੇ ਵਿੱਚ ਉਹਨਾਂ ਦਾ ਰੈਸਲਿੰਗ ਐਵੇਂ ਪੁੱਠੇ ਕੰਮ ਪੈ ਲੇਗਾ ਗਾਇਕੀ। ਬਿਲਕੁਲ ਬਿਲਕੁਲ। ਔਰ ਭਾਜੀ ਜਦੋਂ ਤੁਸੀਂ ਓਬਵੀਅਸਲੀ ਹੌਰਨ ਇੰਡਸਟਰੀ ਦੇ ਵੱਲ ਦੇਖਦੇ ਹਾਂ, ਜਿਹੜੀ ਹੌਰਨ ਇੰਡਸਟਰੀ ਜੈਜ਼ ਤਾਮੀਜ਼, ਦ ਹੈਚ ਤਾਮੀਜ਼, ਦ ਜੱਗੀ ਡੀਜ਼, ਹੁਣ ਦੇਖ ਕੇ ਤੁਹਾਨੂੰ ਕਿਹੋ ਜਿਹਾ ਲੱਗਦਾ ਵੀ ਜਾਣੀ ਕਿ ਵੀ ਜਿੱਦਾਂ ਉਦੋਂ ਜਦੋਂ ਤੁਹਾਡਾ ਗਾਇਕੀ ਦਾ ਦੌਰ ਸੀ ਉਦੋਂ ਥੋੜੇ ਜਿਹਾ ਜਾਣੀ ਕਿ ਅਸਪੋਜ਼ ਉਦੋਂ ਘਰ ਵਾਲੀ ਦੀ ਜਦੋਂ ਘਰ ਵਾਲਾ ਵੀ ਦਬਕਾ ਮਾਰ ਕੇ ਬੁਲਾਉਂਦਾ ਹੁੰਦਾ ਸੀਗਾ, ਕਿੱਦਾਂ ਮੈਂ ਆ ਗਿਆ ਰੋਟੀ ਤਿਆਰ ਆ, ਹੁਣ ਇਹ ਤਾਂ ਕਹਿੰਦਾ ਹਾਂਜੀ ਕਿੱਦਾਂ ਜੀ ਮੈਂ ਰੋਟੀ ਪਕਾ ਦਿਆਂ ਬਣਾ, ਹੁਣ ਗਾਇਕੀ ਵੀ ਇੱਦਾਂ ਥੋੜੀ ਆ ਗਈ ਹੈ, ਇੱਦਾਂ ਹੋ ਗਿਆ ਸੌਫਟ ਜਿਹੀ ਗਾਇਕੀ, ਸੌਫਟ ਜਿਹੀ ਗਾਇਕੀ ਆ ਗਈ ਟਾਈਮ ਦੇ। ਸੁਖੀ ਭਾਜੀ ਕਿੱਸੇ ਦੇ ਵਿੱਚ ਨਾ ਸਿੰਗਰਾਂ ਦਾ ਕਸੂਰ ਹੈ ਨਾ, ਜਿਹੜਾ ਟਾਈਮਿੰਗ ਚੇਂਜ ਹੋਈ ਜਾਂਦਾ ਨਾ ਉਹੀ ਆ, ਉਹਦੇ ਨਾਲ ਚੱਲਣਾ ਪੈਂਦਾ ਸਾਨੂੰ। ਜੀ ਜੀ। ਔਰ ਹੁਣ ਤੁਸੀਂ ਜਿਹੜੇ ਗਾਇਕ ਦੇਖਦੇ ਆ ਅਵਤਾਰ ਭਾਜੀ, ਐਕਸਪੀਰੀਅੰਸ ਉਸਤਾਦ ਲੋਕ ਹੋ ਤੁਸੀਂ, ਤੁਹਾਨੂੰ ਕਿਹੜੇ ਕਿਹੜਾ ਚੰਗਾ ਲੱਗਦਾ ਜਾਣੀ ਕਿ ਵਾਹ ਵੀ ਆਹ ਮੁੰਡਾ ਆਹ ਹੈ ਜਾਂ ਆਹ ਕੁੜੀ ਜਾਂ ਉਹਨਾਂ ਦੇ ਵਿੱਚ? ਮੇਰੇ ਹਿਸਾਬ ਨਾਲ ਮੈਂ ਜਿੱਥੇ ਤਾਂ ਮੇਰੀ ਪਹਿਲਾਂ ਤੋਂ ਪਸੰਦ ਆ, ਮੈਂ ਸਰਦੂਲ ਭਾਜੀ ਨੂੰ ਬਹੁਤ ਪਸੰਦ ਕਰਦਾ, ਕਿਉਂਕਿ ਇੱਦਾਂ ਦੇ ਕਲਾਕਾਰਾਂ ਨੂੰ ਸੁਣ ਕੇ ਤੁਸੀਂ ਹੋਰ ਉਹਨਾਂ ਤੋਂ ਸਿੱਖਦੇ ਆ, ਜੋ ਕਿ ਪ੍ਰੋਪਰ ਕਲਾਸੀਕਲ ਸਿੰਗਰ ਨੇ, ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆ। ਆਈਡੀਅਲ ਤਾਂ ਮੇਰੇ ਕੁਲਦੀਪ ਮਾਨਕ ਸਾਹਿਬ ਨੇ, ਪਰ ਮੈਂ ਇਹਨਾਂ ਦੀ ਜਿਹੜੀ ਇਹ ਗਰਾਰੀਆਂ ਮਾਰਦੇ ਆ ਹਰ ਕਦਾ ਸੁਣ ਕੇ ਮੈਂ ਬਹੁਤ ਕੁਛ ਲਰਨ ਕਰਦਾ। ਜੀ ਜੀ। ਔਰ ਮਾਨਕ ਸਾਹਿਬ ਨੂੰ ਲੋਕ ਸਮ ਸੋਚਣ ਵਾਲੇ ਇਹ ਸੋਚਦੇ ਆ, ਹਰੇਕ ਨਹੀਂ ਪਰ ਜਿਹਨਾਂ ਨੇ ਉਹਨਾਂ ਦੇ ਕਰੀਅਰ ਫੋਲੋ ਕੀਤੇ ਸ਼ਾਇਦ ਉਹਨਾਂ ਨੂੰ ਇਹ ਕੰਮ ਨਹੀਂ ਆਉਂਦਾ। ਨਹੀਂ ਨਹੀਂ ਉਹਨਾਂ ਦੇ ਡਿਊਟ ਸੁਣ ਕੇ ਦੇਖ, ਬਿਲਕੁਲ ਉਹਨਾਂ ਕੋਲ ਉਹਨਾਂ ਜਿੰਨਾ ਆਰਟ ਹੈ ਨਹੀਂ ਗਾ ਕਿਸੇ ਕੋਲ, ਪਰ ਉਹ ਉਹਨੇ ਆਪਣਾ ਉਹ ਸਟੈਂਡਰਡ ਰੱਖਿਆ, ਅਸੀਂ ਸਟਾਈਲ ਰੱਖਿਆ ਆ, ਉਹ ਉਹਨੇ ਉਸੇ ਚੀਜ਼ ਨਾਲ ਗਾਉਣਾ ਆ। ਜੀ 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 ਜੀ। ਕਰਕੇ ਸੁਰ ਤੋਂ ਬਿਨਾਂ ਤਾਂ ਕੋਈ ਚੀਜ਼ ਹੈ ਨੀ, ਜਿੰਨਾ ਸੁਰ ਉਹਨਾਂ ਕੋਲ ਮੈਂ ਕਹਿੰਦਾ ਵਾਹਿਗੁਰੂ ਭਲਾ ਕਰੇ। ਭਾਜੀ ਕਦੇ ਲਵੀ ਡਵੀ ਗੀਤ ਵੀ ਗਾਇਆ? ਹਾਂਜੀ। ਕਦੇ ਲਵ ਪਿਆਰ ਜਿਹਾ ਵਾਲਾ ਗੀਤ ਵੀ ਕਦੇ ਗਾਇਆ ਜਾਂ ਦਵਕੇ ਜਿਹਾ ਵਾਲਾ ਗਾਇਆ? ਨਹੀਂ ਦਵਕੇ ਵਾਲੇ ਉਹ ਤਾਂ ਲਵਲੀ ਆਪਣੇ ਨੈਕਸਟ ਐਲਬਮ ਆ ਰਹੀ ਆ, ਉਹਦੇ ਵਿੱਚ ਭੰਗੜੇ ਵਾਲੇ ਗੀਤ ਹੈਗੇ ਆ, ਅਜੇ ਮੱਖਣਾ ਵੀ ਮੱਖਣਾ। ਸੋ ਲੰਬੜਾ ਦੀ ਧੰਨ ਕੌਰ ਨੇ ਕਰਤਾ ਸ਼ਰਾਬੀ ਪਿੰਡ ਸਾਰਾ, ਐਂਡ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਬਹੁਤ ਹੀ ਅੱਛੇ ਰਾਈਟਰ ਨੇ ਕੈਨੇਡਾ ਤੋਂ, ਰਾਜ ਜੁਝਾਰ ਨੇ ਭਾਣੋ ਕੀਤੇ ਇੰਡੀਆ ਤੋਂ, ਉਹਨਾਂ ਨੇ ਜਮਲੇ ਜੱਟ ਬਾਰੇ ਬਹੁਤ ਵਧੀਆ ਚੀਜ਼ਾਂ ਲਿਖੀਆਂ, ਤੇ ਉਹ ਆਪਾਂ ਤੁਹਾਨੂੰ ਸੁਣਾਵਾਂਗੇ ਜਦੋਂ ਦੂਜੀ ਐਲਬਮ ਲੈ ਕੇ ਆਵਾਂਗੇ। ਹੁਣ ਕੋਈ ਚੋਰੀ ਨਾ ਕਰ, ਨਹੀਂ ਤੁਹਾਨੂੰ ਪਤਾ ਹੀ ਹੈ ਨਾ, ਪਰ ਠੀਕ ਹੈ ਰਜਿਸਟਰ ਹੋ ਗਿਆ UK ਭੰਗੜਾ ਕਾਲਜ ਦੇ ਵਿੱਚ ਆ ਗਿਆ, ਬਸ ਹੁਣ ਇੱਥੋਂ ਨਹੀਂ ਕੋਈ ਚੋਰੀ ਕਰਦਾ। ਨਹੀਂ ਨਹੀਂ ਆਪਾਂ ਛੇਤੀ ਆ, ਹੁਣ ਤਾਂ ਮਿਲਦੇ ਰਹੇ ਕਰਨਾ, ਕਿਉਂ ਕਰਕੇ ਹੁਣ ਬਾਹਰ ਹੋਵੇ, ਹੁਣ ਇੰਨੇ ਲੰਬੀ ਜੁਦਾਈ ਰੇਸ਼ਮਾ ਵਾਂਗੂ ਤੁਸੀਂ ਤਾਂ ਹੈ ਨਾ, ਬਹੁਤ ਜੁਦਾਈ, 4 ਦਿਨਾਂ ਦਾ ਮੇਲ ਰੱਬਾ, ਬੜੀ ਲੰਬੀ ਜੁਦਾਈ, ਲੰਬੀ ਜੁਦਾਈ। ਭਾਜੀ ਤੁਹਾਡਾ ਆਲ ਟਾਈਮ ਫੇਵਰਿਟ ਗੀਤ ਕਿਹੜਾ? ਤੁਸੀਂ ਕਦੇ ਬਾਲੀਵੁੱਡ ਵੱਲ ਵੀ ਨਿਗਾਹ ਮਾਰੀ, ਕਦੇ ਹਿੰਦੀ, ਜਾਂ ਤੁਸੀਂ ਆਪਣੇ ਆਪਣੇ ਇਹ ਸੋਚਿਆ ਕਿ ਮੈਂ ਪੰਜਾਬੀ ਔਰ ਪੰਜਾਬੀ ਸੰਗੀਤ ਦੇ ਵਿੱਚ ਸ਼ੋਹਰਤ ਕਮਾਉਣੀ? ਮੈਂ ਤੁਹਾਡੀ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ, ਮੈਂ ਬਸ ਪੰਜਾਬੀ ਦੇ ਵਿੱਚ ਹੀ, ਮੇਰਾ ਦਿਲ ਕਰਦਾ ਵੀ ਹੁਣ ਮੈਂ ਜਿੱਦਾਂ ਮੁੜ ਕੇ ਆਇਆ, ਮੈਂ ਮੁੜ ਕੇ ਇੱਕ ਵਾਰੀ ਫੇਰ ਡੁੱਬ ਜਾਵਾਂ ਵਿੱਚ, ਬਸ ਇਹੀ ਇੱਕ ਵਾਰੀ ਚੁੱਭੀ ਮਾਰ ਲਵਾਂ, ਬਾਕੀ ਸਰੋਤਿਆਂ ਨੇ ਮੈਨੂੰ ਆਪੇ ਕੱਢ ਲੈਣਾ ਬਾਹਰ। ਕੀ ਕਰਕੇ ਅਸਪੇ ਸਮ ਟਾਈਮਸ ਲੋਕ ਕਹਿੰਦੇ ਵੀ ਤੂੰ ਯਾਰ ਤੂੰ ਇਦਾਂ ਨੇ, ਤੂੰ ਇਦਾਂ ਆ ਵੀ ਕਰਿਆ ਕਰ, ਆ ਵੀ ਕਰਿਆ ਕਰ, ਮੇਰੇ ਵੀ ਇਹੀ ਸੋਚਣ, ਮੈਂ ਕਿਹਾ ਹਾਂਜੀ ਇਹ ਸਾਡਾ ਜਿਹੜਾ ਛੋਟਾ ਜਿਹਾ ਪੰਜਾਬੀ ਪਰਿਵਾਰ ਹੈ ਨਾ, ਬਸ ਇਹੀ ਬਹੁਤ, ਇਹੀ ਬਹੁਤ ਹੈ। ਪਤਾ ਸੁਖੀ ਭਾਜੀ ਜਿਹਨੂੰ ਵੀ ਤੁਸੀਂ ਬਾਹਰ ਮਿਲੋ ਉਹ ਤੁਹਾਨੂੰ ਵੱਖਰੀ ਸਲਾਹ ਦਊਗਾ। ਜੀ ਜੀ ਬਿਲਕੁਲ, ਬਾਕੀ ਤੁਹਾਡੀ ਮਰਜ਼ੀ, ਤੁਸੀਂ ਆਪਣੀ ਮਰਜ਼ੀ ਕਰਨੀ ਹੈ ਜਾਂ ਕਿੱਦਾਂ, ਜੇ ਤੁਸੀਂ ਹਰ ਇੱਕ ਦੇ ਮਗਰ ਲੱਗਣਾ ਫਿਰ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ। ਆਪਾਂ ਉੱਥੇ ਤਾਂ ਹੀ ਰਹਿਣਾ ਜਿਹੜੀ ਸਾਨੂੰ ਸਾਡੀ ਪੰਜਾਬੀ ਮਾਂ ਬੋਲੀ ਆ, ਆਪਾਂ ਇਹਨੂੰ ਅੱਗੇ ਵਧਾਉਣਾ ਕਿ ਸਾਡੇ ਆਉਣ ਵਾਲੀ ਪੀੜ੍ਹੀ ਵੀ ਇੱਦਾਂ ਹੀ। ਔਰ ਹੋਰ ਵੀਡੀਓ ਬਣਾਉਣੀ, ਬਣਾਵਾਂਗੇ ਜੀ, ਸਰੋਤਿਆਂ ਦਾ ਆਸਰਾ ਚਾਹੀਦਾ ਬਸ। ਅਵਤਾਰ ਭਾਈ ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ, ਇਟਸ ਰੀਅਲੀ ਗੁੱਡ ਤੁਹਾਨੂੰ ਮਿਲ ਕੇ, ਬੜੀ ਖੁਸ਼ੀ, ਇਟਸ ਗੁੱਡ ਦੈਟ ਯੂ ਬੈਕ, ਕਿਉਂਕਿ ਮੇਰੇ ਇਹ ਤੇ ਸੋਚਣ ਦਾ ਹੁੰਦਾ ਵੀ ਕਿ ਇੱਕ ਬੰਦਾ ਐਡੀ ਆਵਾਜ਼ ਪਰਮਾਤਮਾ ਨੇ ਉਹਨੇ ਇੰਨੀ ਦੇਣ ਦਿੱਤੀ ਆ ਵੀ ਉਹ ਗਾਵੇ ਨਾ, ਇਹ ਫਿਰ ਗੱਲ ਇਹ ਪਰ ਤੁਸੀਂ ਪਰਮਾਤਮਾ ਦੇ ਨਾਲ ਜਾਣੀ ਕਿ ਦਰਾਂਗਾ ਕਰਦੇ। ਮੈਂ ਕਹਿੰਦਾ ਵੀ ਮਹਾਰਾਜ ਤੰਦਰੁਸਤੀ ਬਖਸ਼ੇ, ਮੈਂ ਤੁਹਾਡੇ ਬੱਚਿਆਂ ਦੇ ਵਿਆਹ ਦਾ ਵੀ ਮੈਂ ਹੀ ਪ੍ਰੋਗਰਾਮ ਕਰਨੇ ਆ, ਮੇਰਾ ਮੇਰੀ ਇੰਨੀ ਸੋਚ ਨਹੀਂ, ਥਿੰਕ ਹੀ ਗਿਆ ਇਹ, ਬੱਚਿਆਂ ਨੇ ਪੁੱਛਣਾ ਨਹੀਂ, ਸ਼ਾਇਦ ਤੁਹਾਨੂੰ ਕਹਿ ਲੈਣਗੇ ਵੀ ਤੁਸੀਂ ਆ ਜਾਓ, ਸਾਨੂੰ ਤੁਸੀਂ ਬਾਪੂ ਜੀ ਦੇ ਨਾਲ ਹੀ ਹੋਣੇ ਆ। ਦੇਖੋ ਦੇਖੋ ਰਾਜੀ ਖੁਸ਼ੀ ਰਹਿਣ ਨਾ ਭਾਜੀ, ਆਲ ਦਾ ਬੈਸਟ। ਫੈਬਰੀ ਦੇ ਵਿੱਚ ਤਾਂ ਤੁਹਾਡੀ ਐਲਬਮ ਆ ਰਹੀ ਹੈ, ਔਰ ਤੁਹਾਨੂੰ ਹਲੇ ਡੇਟ ਦਾ ਪਤਾ ਕਿ? ਡੇਟ ਦਾ ਨਹੀਂ ਹਲੇ ਕਨਫਰਮ ਹੋਈ। ਓਕੇ, ਸੋ ਐਕਚੁਅਲੀ ਅਗਲਾ ਮਹੀਨਾ ਹੀ ਆ, ਇਹਨਾਂ 4-5 ਵੀਕ ਕਰੇਗੀ, ਸੋ
we wish you all the best. Te jaan to pehla paaji tusi khanda sanu please suna ke jaavoge. Before you go, let me just say thank you very much for your joining into UK Bhangra culture. It is one of my idols, the great, the legendary Avtar Maniac Sawago. I won't call him a maniac, but jada honon ne explain karta, it was his style that was maniac rather than paaji, it was being maniac. So thank you so much for tuning into UK Bhangra culture. We see you guys next week, same time, same place, always here on Brit Asia TV. Take care. ਹੋਵੇ ਜੁਕੇ ਜਾਂ ਕੈਨੇਡਾ ਕਰ ਦਿਲ ਸਿੱਧਾ ਜੋ ਵੀ ਟੇਡਾ ਜਦ ਵੀ ਮੰਗਿਆ ਹੱਥ ਜੋੜ ਕੇ ਰੱਬ ਤੋਂ ਮੰਗਦੇ ਨੇ ਉਹ ਸ਼ੇਰਾਂ ਦੀ ਬਈ ਸ਼ੇਰਾਂ ਦੀ ਪਹਿਚਾਣ ਗੱਡੀ ਵਿੱਚ ਖੰਡਾ ਟੰਗਦੇ ਨੇ ਪੰਜਾਬੀ ਦੀ ਪਹਿਚਾਣ ਗੱਡੀ ਵਿੱਚ ਖੰਡਾ ਟੰਗਦੇ ਨੇ ਖੰਡਾ ਗੁਰੂਆਂ ਦਾ ਨਿਸ਼ਾਨ ਖੰਡੇ ਨਾਲ ਸਿੰਘਾਂ ਦੀ ਸ਼ਾਨ ਬਖਸ਼ੀ ਗੁਰੂਆਂ ਨੇ ਦਸਤਾਰ ਸਾਨੂੰ ਸਿੰਘ ਤਾਂਜੂ ਸੱਜਦੇ ਨੇ ਉਹ ਸ਼ੇਰਾਂ ਦੀ ਬਈ ਸ਼ੇਰਾਂ ਦੀ ਪਹਿਚਾਣ ਗੱਡੀ ਵਿੱਚ ਖੰਡਾ ਟੰਗਦੇ ਨੇ।